वाहे गुरु वाहे गुरु वाहे गुरु वाहे रते इश्क खुदा रंग दीदार के विसरे जिन्ना ते पुए ते पोए पार थिए ते पोए पार थिए यों पत पाटी सिपते सिपे यों पत पाटी सिपते सिपे यों पत पाटी वेल पियाया कुंभ चढ़ा
जीवत जीवे नानक जीवत जीवे नानक जीवत जीवे ओंकत पाटे सिपते सिपे ओंकत पाटे सिपते सिपे
ਇਸ ਪਾਵਨ ਸ਼ਬਦ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਪਿਆਰੀ ਐਗਜ਼ਾਮਪਲ ਦਿੱਤੀ ਹੈ। ਜੱਟ ਜ਼ਿਮੀਂਦਾਰ ਸਾਡੇ ਆਪਣੇ ਪਰਿਵਾਰਾਂ ਦੀ, ਇੱਕ ਜ਼ਿਮੀਂਦਾਰ ਜਿਵੇਂ ਇੱਕ ਛੋਟੇ ਜਿਹੇ ਵਡੇਵੇ ਨੂੰ ਧਰਤੀ ਦੀ ਹਿੱਕ ਖੋਦ ਕੇ ਉਹਦੇ ਵਿੱਚ ਪਾਉਂਦਾ ਹੈ, ਸੁਹਾਗਾ ਮਾਰਦਾ ਹੈ, ਪਾਣੀ ਦਿੰਦਾ ਹੈ, ਕਿੰਨੀ ਮਿਹਨਤ ਮੁਸ਼ੱਕਤ ਨਾਲ ਉਹ ਕਪਾਹ ਬਣਦੀ ਹੈ, ਫਿਰ ਉਹਨੂੰ ਚੁਣਿਆ ਜਾਂਦਾ ਹੈ, ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ, ਵੱਡੀਆਂ ਵੱਡੀਆਂ ਫੈਕਟਰੀਆਂ ਵਿੱਚ ਜਾ ਕੇ ਦੁੱਖ ਸਹਿ ਕੇ ਉਹ ਵੜੇਵਾਂ ਕਈ ਤਰ੍ਹਾਂ ਦਾ ਧਾਗਾ, ਕਈ ਤਰ੍ਹਾਂ ਦਾ ਕੱਪੜਾ ਬਣਦਾ ਹੈ, ਬਾਜ਼ਾਰ ਵਿੱਚ ਵਿਕਦਾ ਹੈ, ਅਸੀਂ ਤੁਸੀਂ ਸਾਰੇ ਖਰੀਦਦੇ ਹਾਂ, ਫਿਰ ਖਰੀਦ ਕੇ ਉਸਨੂੰ ਟੇਲਰ ਕੋਲ ਲੈ ਜਾਂਦੇ ਹਾਂ ਆਪਣੇ ਧਨ ਦਾ ਚੋਲਾ ਬਣਵਾਉਣ ਵਾਸਤੇ। ਦਰਜੀ ਬੜੀ ਲਗਨ ਨਾਲ ਉਹਨੂੰ ਮਿਣ ਮਿਣ ਕੇ ਵੱਢਦਾ ਅਤੇ ਕੱਟਦਾ ਹੈ, ਆਕਾਰ ਦੇ ਕੇ ਇੱਕ ਸੋਹਣਾ ਸੁੰਦਰ ਚੋਲਾ ਤਿਆਰ ਕਰਦਾ ਹੈ। ਫਿਰ ਅਸੀਂ ਉਹਨੂੰ ਪਾਉਂਦੇ ਹਾਂ, ਉਹ ਚੋਲਾ ਸਾਡੇ ਤਨ ਦਾ ਨੰਗੇਜ ਕੱਜਦਾ ਹੈ, ਸਾਡੀ ਪੱਤ ਨੂੰ ਟੱਕਦਾ ਹੈ, ਸਮਾਜ ਅੰਦਰ ਉਹ ਸਾਨੂੰ ਸ਼ੋਭਾ ਦਿੰਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਇੱਕ ਵੜੇਵੇ ਨੇ ਇੰਨਾ ਦੁੱਖ ਚੱਲਿਆ, ਇੰਨੀ ਤਕਲੀਫ ਚੱਲੀ, ਆਪਣਾ ਵਜੂਦ ਮਿਟਾ ਕੇ ਸੱਟਾਂ ਸਹਿ ਕੇ ਪਾਣੀਆਂ 'ਚ ਉਬਾਲੇ ਖਾਧੇ, ਦਰਜੀ ਦੀ ਲੋਹੇ ਦੀ ਕੈਂਚੀ ਨੇ ਉਹਨੂੰ ਕੱਟ ਦਿੱਤਾ, ਫਿਰ ਸੂਈ ਅਤੇ ਧਾਗੇ ਨੇ ਉਹਨੂੰ ਸੀ ਦਿੱਤਾ, ਫਿਰ ਉਹ ਚੋਲਾ ਬਣਿਆ। ਭਾਈ ਗੁਰਦਾਸ ਸਾਹਿਬ ਬੜਾ ਪਿਆਰਾ ਐਗਜ਼ਾਮਪਲ ਦਿੰਦੇ ਨੇ, ਜੈਸੇ ਤਿਲ ਪੇੜ ਤਿਲ ਕਾਢੀਅਤ ਕਸ਼ਟ ਕਹਿ ਤਾਂ ਤੇ ਹੋਏ ਦੀਪਕ ਉਜਾਰੂ ਪ੍ਰਕਾਸ਼ ਉਜਿਆਰੋ ਜੀ। ਭਾਈ ਸਾਹਿਬ ਕਹਿੰਦੇ ਨੇ ਇੱਕ ਤਿਲ ਨੂੰ ਪੀੜ ਪੀੜ ਕੇ ਉਹਦਾ ਵਜੂਦ ਖਤਮ ਕਰਕੇ ਉਹਦੀ ਰਗ ਰਗ ਵਿੱਚੋਂ ਇੱਕ ਬੂੰਦ ਬੂੰਦ ਇਕੱਠਾ ਕਰਕੇ ਤੇਲ ਬਣਦਾ ਹੈ, ਦੀਵੇ ਵਿੱਚ ਪੈਂਦਾ, ਫਿਰ ਉਹ ਚਾਨਣ ਕਰਦਾ, ਚਿਰਾਗ ਦਿੰਦਾ, ਰੋਸ਼ਨੀ ਦਿੰਦਾ। ਉਹਦੀ ਘਾਲਣਾ ਵੇਖੋ ਵੀ ਉਹਨੇ ਚਿਰਾਗ ਨੇ ਰੋਸ਼ਨੀ ਕਿਵੇਂ ਦਿੱਤੀ, ਉਹ ਬਲਿਆ, ਉਹ ਸੜਿਆ, ਉਹਨੇ ਸਾਡੇ ਘਰ ਦਾ ਹਨੇਰਾ ਦੂਰ ਕੀਤਾ, ਜਗਤ ਨੂੰ ਰੋਸ਼ਨੀ ਦਿੱਤੀ। ਫਿਰ ਉਦਾਹਰਣ ਦਿੰਦੇ ਨੇ ਜੈਸੇ ਅਜਾ ਕੋ ਤਨ, ਜਿਵੇਂ ਅਜਾ ਮੈਨੇ ਬੱਕਰੀ ਦੇ ਤਨ ਨੂੰ ਵੱਢਿਆ ਅਤੇ ਟੁੱਕਿਆ ਜਾਂਦਾ, ਖਾਣ ਵਾਲੇ ਖਾ ਲੈਂਦੇ ਨੇ, ਉਹਦੀ ਖੱਲ ਨੂੰ ਉਧੇੜ ਕੇ ਸਾਫ਼ ਕਰਕੇ ਆ ਤਬਲੇ 'ਤੇ ਮੜੀ ਜਾਂਦੀ, ਫਿਰ ਉਹ ਬੋਲਦੀ ਹੈ। ਪੁਰਾਤਨ ਸਮੇਂ ਵਿੱਚ ਉਹਦੀਆਂ ਰਗਾਂ ਕੱਢ ਕੇ ਤੰਤੀ ਸਾਜ਼ਾਂ ਨੂੰ ਬੰਨੀਆਂ ਜਾਂਦੀਆਂ ਸਨ, ਫਿਰ ਉਹਦੇ ਵਿੱਚੋਂ ਰਾਗ ਉੱਡਦੇ ਸੀ, ਬੜੇ ਪਿਆਰੇ, ਸੁਣਨ ਵਾਲੇ ਨੂੰ ਮੋਹ ਲੈਂਦੇ ਸਨ। ਲੋਕ ਕਹਿੰਦੇ ਸਨ ਵੀ ਕਿਆ ਸਰੰਗੀ ਹੈ, ਕਿਆ ਆਵਾਜ਼ ਹੈ। ਉਹ ਆਵਾਜ਼ ਜਿਹੜੀ ਆਈ ਹੈ ਨਾ, ਉਹ ਅਜਾ ਨੇ, ਉਹ ਤਨ ਨੇ, ਉਹਨੇ ਆਪਣਾ ਵਜੂਦ ਖਤਮ ਕੀਤਾ, ਫਿਰ ਉਹਨੇ ਰਾਗ ਪੈਦਾ ਕੀਤੇ, ਸੁਰੀਲੀ ਆਵਾਜ਼ ਦਿੱਤੀ ਦੁਨੀਆ ਨੂੰ। ਇਵੇਂ ਇੱਕ ਜੜਾ ਸਾਧੂ ਹੈ ਨਾ, ਦੁਨੀਆ ਨੂੰ ਸੁੱਖ ਦੇਣ ਵਾਸਤੇ ਉਹ ਆਪਣੇ ਆਪ ਨੂੰ ਸਾੜਦਾ, ਤਪਾਉਂਦਾ, ਗੁਰਮਤਿ ਦੀ ਭੱਠੀ ਵਿੱਚੋਂ, ਇਸ ਜਗਤ ਦੀਆਂ ਠੋਕਰਾਂ ਦੇ ਵਿੱਚੋਂ, ਜਿਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੇ ਆਪਣੇ ਆਪ ਨੂੰ ਪਕਾਇਆ, ਆਪਣੇ ਵਜੂਦ ਨੂੰ ਮਿਟਾਇਆ, ਫਿਰ ਉਹਨਾਂ ਨੇ ਸਾਨੂੰ ਇਹ ਬਰਕਤ ਦਿੱਤੀ ਕਿ ਅਸੀਂ ਠੰਡੇ ਬੁਰਜ ਵਿੱਚ ਬਹਿ ਕੇ ਇਕੱਠੇ ਉਹਨਾਂ ਦੀ ਯਾਦ ਨੂੰ ਮਨਾ ਸਕੀਏ। ਗੁਰੂ ਪਿਆਰ ਵਾਲਿਓ, ਇੱਕ ਸ਼ਾਇਰ ਲਿਖਦਾ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ, ਤੂੰ ਜੋਤ ਅਗੰਮੀ, ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤੀ ਲੰਮੀ, ਤੇਰੇ ਵਰਗਾ ਪੁੱਤ ਪੈਦਾ ਕਰ ਲਏ ਅਜੇ ਤੱਕ ਉਹ ਮਾਂ ਨਹੀਂ ਜੰਮੀ। ਕਲਗੀ ਵਾਲਿਆ, ਤੇਰੇ ਵਰਗੀ ਮਾਂ ਇਸ ਜਗਤ ਵਿੱਚ ਹੈ ਹੀ ਨਹੀਂ ਜਿਹੜਾ ਤੇਰੇ ਵਰਗਾ ਪੁੱਤ ਪੈਦਾ ਕਰ ਲਵੇ। ਅੱਲਾ ਯਾਰ ਖਾਂ ਜੋਗੀ ਵਰਗੇ ਜਿਨ੍ਹਾਂ ਨੇ ਲਿਖਿਆ, ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਸਬਰ ਕੋਈ ਕੰਮ ਐਸਾ ਰਸੂਲੋ ਮਹਿ ਆਇਆ, ਚਾਰ ਪਿਸਰ ਇੱਕ ਆਂਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬਢਾਇਆ, ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ, ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਊਂਗਾ। ਕੈਸੀ ਕਮਾਲ ਦੀ ਉਦਾਹਰਣ ਅੱਲਾ ਯਾਰ ਖਾਂ ਜੋਗੀ ਦੀ ਹੈ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਪੀ ਹੋ ਤਾਰੀਫ ਗੋਬਿੰਦ ਕੀ ਵੋ ਕੰਮ ਹੈ, ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੋ ਵਸ।
ताब कहाँ रकम है एक आंख से क्या बुलगुला कुल बहर को देखे साहिल को मंझधार को या लहर को देखे। कमाल लिखिया उस शायर ने और गुरु के प्यार वाले वज असी जिवें वीर जी परमपाल सिंह जी कहिंदे हुंदे ने चिंतन बैठक विच असी बैठे हाँ उन्हां साहिबजादियां नूं 2:15 बजे तक अद्धा घंटा जो आप जी ने बख्शिश किया उस समय विच ही रहिंदिआं होइआं समाप्ति करांगे नाल आनंद साहिब दा पाठ एक कविता जो ठंडा बुरज जिहदी छां विच असी बैठे हाँ ना जड़ा भी गुरु प्यार शरदा ते भावना लेके इत्थे आंदा ठंडा बुरज हरेक नूं भावना नाल आवाज मारदा असी उहदी आवाज नहीं सुन सकते। वह कहिंदा प्यारिओ किते मत्था टेक के परिक्रमा करके निकलना जायो किते मेरी हिक विच बैठ के वेखो जिवें माँ गुजरी ने 3 दिन बिताए सन। मैं तुहानूं वार्ता कहना चाहना दसना चाहना बगैर रिदम तू इसे तरह प्यार नाल उस ठंडे बुरज की कहानी नूं जिवें साहब ने लिखाया वो मैं आप जी के सन्मुख रखांगा ते तुसी वो दर्द और पीड़ ठंडे बुरज दे पत्थरां दी वो इट्टां दी आवाज कुरा कुरा के सारे पंथ नूं जगाना चाहती है की सी आओ उस ठंडे बुरज की आवाज नूं सुनीए मां गुजरी दे पोतियां दी उन्हां लालां दी की आवाज सी वो की कहना चाहते ने सानू आप सरवण करो। ठंडे बुरज दी कहानी सुन लो ए जुबानी भुबा मार मार रोया आखे दसी नहीं जानी आखे दसी नहीं जानी बुढ़ी माता दो कोमल जिंदा बुढ़ी माता दो कोमल जिंदा आके चरण छुहाए आके चरण छुहाए निकी हो गई हिक सी मेरी आन चौकड़े लाए शुकराने विच गावन लगे गुरु नानक दी बाणी ठंडे बुरज दी कहानी सुन लो ए जुबानी उबा मार मार रोया दसी नहीं जानी छोटे छोटे दो लालानू बुकल विच बठाया बुकल विच बठाया सिर ते चुन्नी पाटी सी पर फिर भी बदन छुपाया जिवें तू रखना रख ले सानू एह तेरी ही जिंदगानी ठंडे बुरज दी कहानी तन मां गुजरी सारी रात न सुती सेक तवी दलांदी रही सेक तवी दलांदी
ਸਿੱਖੀ ਸਿੱਧਕ ਨਿਭਾਉਣਾ ਆਪਾਂ ਦਾਦੇ ਦਾ ਪਾਠ ਪੜ੍ਹਾਉਂਦੀ ਰਹੀ ਜੋ ਮੈਂ ਸੁਣਿਆ ਜੋ ਮੈਂ ਦੇਖਿਆ ਬੜੀ ਦਰਦਾਂ ਭਰੀ ਕਹਾਣੀ ਠੰਡੇ ਬੁਰਜ ਦੀ ਕਹਾਣੀ ਆਓ ਦਸਤਾਰ ਸਜਾਵਾਂ ਤੁਹਾਨੂੰ ਉੱਤੇ ਕਲਗੀ ਲਾਵਾਂ ਉੱਤੇ ਕਲਗੀ ਲਾਵਾਂ ਜੋ ਵੀ ਵਸਤਰ ਪਾਵੇ ਲਾੜਾ ਹੱਥੀਂ ਅੱਜ ਪਵਾਵਾਂ ਤੁਹਾਨੂੰ ਲਾੜੀ ਮੌਤ ਨੂੰ ਵਿਆਹੁਣ ਚੱਲੇ ਪਰ ਜੰਝ ਨਾ ਮੁੜ ਕੇ ਆਉਣੀ ਠੰਡੇ ਬੁਰਜ ਦੀ ਕਹਾਣੀ ਗੱਜ ਕੇ ਫਤਿਹ ਦੋਵੇਂ ਸੁੰਦਰ ਲਾਲਾ ਦੋਵੇਂ ਸੁੰਦਰ ਲਾਲਾ ਨੀਹਾਂ ਵਿੱਚ ਖਲੋ ਕੇ ਦਾਦੀ ਦਾਦੇ ਕੋਲ ਹੈ ਜਾਣਾ ਰੱਤ ਚਰਬੀ ਤੇ ਸਿਰ ਨੂੰ ਲਾ ਕੇ ਰੱਤ ਚਰਬੀ ਤੇ ਸਿਰ ਨੂੰ ਲਾ ਕੇ ਸਿੱਖੀ ਦੀ ਨੀਂਵ ਪੱਕੀ ਕਰ ਜਾਣੀ ਠੰਡੇ ਬੁਰਜ ਦੀ ਕਹਾਣੀ ਅੱਜ ਵੀ ਠੰਡਾ ਬੁਰਜ ਪੁਕਾਰੇ ਅੱਜ ਵੀ ਠੰਡਾ ਬੁਰਜ ਪੁਕਾਰੇ ਰੋਂਦਾ ਤੇ ਕੁਰਲਾਂਦਾ ਏ ਰੋਂਦਾ ਤੇ ਕੁਰਲਾਂਦਾ ਇੱਕ ਪਲ ਰੁਕ ਜਾ ਤਿੰਨ ਦਿਨ ਪੋਦੇ ਬੀਤੇ ਕਿੰਜ ਸੀ ਤਿੰਨ ਦਿਨ ਪੋਦੇ ਬੀਤੇ ਕਿੰਜ ਸੀ ਦੀਪ ਪੱਥਰ ਕਹੇ ਜ਼ੁਬਾਨੀ ਠੰਡੇ ਬੁਰਜ ਦੀ ਕਹਾਣੀ ਸੁਣ ਲਓ ਏ ਜ਼ੁਬਾਨੀ ਉੱਬਾ ਮਾਰ ਮਾਰ ਰੋਇਆ ਆਖੇ ਦੱਸੀ ਨਹੀਂ ਜਾਣੀ ਹਾਏ ਦੱਸੀ ਨਹੀਂ ਜਾਣੀ ਆਖੇ ਦੱਸੀ ਨਹੀਂ ਜਾ ਇਹ ਠੰਡਾ ਬੁਰਜ ਦੀ ਗੋਦ ਵਿੱਚ ਬੈਠੇ ਹਾਂ ਇਹ ਪੱਥਰ ਨਹੀਂ ਹਨ ਇਹਦੇ ਵਿੱਚ ਮਾਂ ਗੁਜਰ ਕੌਰ ਦੀ ਆਤਮਾ ਹੈ ਸਾਹਿਬਜ਼ਾਦਿਆਂ ਦੀ ਆਤਮਾ ਹੈ ਜਿਹੜੀ ਅੱਜ ਵੀ ਹਰ ਇੱਕ ਸਿੱਖ ਨੂੰ ਪੁਕਾਰ ਕੇ ਕਹਿ ਰਹੀ ਹੈ ਵੇ ਪੁੱਤਰ ਵੇ ਵੀਰਾ ਵੇ ਬੱਚਿਆ ਆ ਜਾ ਮੇਰੇ ਕੋਲ ਬਹਿ ਮੇਰੀ ਗੋਦ ਵਿੱਚ ਬਹਿ ਮੈਂ ਅਹਿਸਾਸ ਕੀਤਾ ਹੈ ਮੈਂ ਉਸ ਦੁੱਖ ਨੂੰ
उस दुखड़े नूं तैनूं सुनाना चाहना हाँ जड़ियां गल्लां मेरे मां गुजर कौर ने साहबजादिया नाल कीती। एक होर बचन मेरे साहब ने लिखवाया सी, दो मिनट दा उह कह के समाप्ति करांगा। माता गुजरी दे लाल ने सवाल पुछ दे, ठंडा होया किवें सिक्खी दा उबाल पुछ दे। इहदे विच तमाम उन्हां सिखां दा जिक्र है, जरा महसूस करोगे तुसीं उस समें नूं। आओ मां गुजर कौर दे ओ लाल सानू किहड़े सवाल पुछदे ने सी, जवाब दे सकदे आ मां गुजर कौर दा अपने बड़े बाबिआं दा। ते ओ सवाल इह ने, इहनूं बड़े प्यार नाल सरवण करना। माता गुजरी दे लाल ने सवाल पुछ दे, माता गुजरी दे लाल ने सवाल पुछ दे, ठंडा होया किवें सिखी दा उबाल पुछ दे, ठंडा होया किवें सिखी दा उबाल पुछ दे, माता गुजरी दे लाल ने सवाल पुछ दे, किथे छड आया जोड़ा करे दिसदा नहीं उड़ा, कंगा केस किरपान एक कार पुछ दे, माता गुजरी दे लाल ने सवाल पुछ दे, तत्ती तावी से तुम्हारे पानी खांदा सी उबाले, सुरख रेत देन किण के हजार पुछ दे, माता गुजरी दे लाल ने सवाल पुछ दे, वेख ओ बड़े दयाला रूवी सती दास साड़े, माती दास चीरे होए दे दो फाड़ पुछ दे, माता गुजरी दे लाल ने सवाल पुछ दे, दाते सीस लाया दिल्ली जाड़ मुगलां दे हिली, माता नानकी विजेते दी कमाल पुछ दे, माता गुजरी दे लाल ने सवाल पुछ दे, है आखे जग सारा जय जय सुर लोक गाए, सरहंद चम कौर दे ओ बाल पुछ दे, माता गुजरी दे लाल ने सवाल पुछ दे, उठो सिखी नू संभालो चेते रखो कुरबानी, दीप लाही सिरों चुन्नी दस तार पुछ दे, माता गुजरी दे लाल ने सवाल पुछ दे, ठंडा होया किवें सिखी दा उबाल पुछ दे, ठंडा होया किवें सिखी दा उबाल पुछ दे, माता गुजरी दे लाल ने सवाल पुछ दे, माता गुजरी दे लाल ने सवाल पुछ दे। कि मां गुजर गुजर कौर दे बच्चियां दा उन्हां दे सवालां दा जवाब है साडे कोल नहीं और ना ही दे सकते हाँ। गुरु साध संगत जी श्री गुरु ग्रंथ साहिब जी दा कोटानुकोट शुक्र, शफरे शहादत विच तुसीं भी सानूं अपना हिस्सेदार बनाया है। गुरु की पावन बाणी इतिहास दे कुछ बोल आप जी दे नाल सांझे कीते हन, आस करांगा हाजरी प्रवान करोगे। सिंह साहब ज्ञानी हरपाल सिंह जी जिन्हां नूं मां गुजर कौर ने हलूणा दे के आवाज़ मार के आखिया,
सिंह साहब जी अपने बच्चियां दा मां दा सुनेहा सारे जगत नूं देवो दे रहे हन सिंह जाग रहे हन सतगुर कृपा करन महराम करन दाता जी इस तरह सानू अपने चरणां नाल जोड़ के इस हिस्से दे पांदी इस रस्ते दे सानू सेवादार बनाण गुरु ग्रंथ साहब जी दा कृपाल कोट शुक्र मेरियां पुल्लां मेरी चोली विच आनंद साहब जी दे वचन जड़े ने असीं सारिआं ने रल के पढ़ने हन अरदास भी शामिल होने करो कृपा जी आनंद साहब जी की बाणी का पाठ सारे रल के करो राम कली महला तीजा आनंद एक ओंकार सतगुर प्रसाद आनंद भया मेरी माए सतगुरु